असी अज थोनू स्टोरी सुनावांगे मनदीप कौर की। मूँह दे उत्ते दाड़े दा प्रकाश होया तां उन्होंने हौसला हारन की बजाए उस नूं प्रमोट करना अपनी जिंदगी का हिस्सा बना लिया। मैनू पता ही नहीं सी कि महाराज ने मेरा रूप ही वटा देना जो अमृत की दात ली, तो उस वेले उस तो बाद मेरे बाल बहुत ज़्यादा ग्रोथ के बढ़ना शुरू हो गए। भैन जी पहला ये दसो तुसी सानू एक भरा की तरह तुसी अज विचर रहे हो इस परिवार के विच किहो जिहा लगता है? दो हज़ार बारह च मैरिज हुई सी। उस वेले मेन मुद्दा ही यही सी कि अगे अपा भी ताडे चेहरे दे उत्ते बाल आउंदे ने कि असी जीवन नहीं अगे स्टार्ट कर सकते। तो क्योंकि उन्होंने पता नहीं सी हुंदा कि मैं लड़की हाँ, तो उन्होंने यानी हैंडशेक करना तो मैं हिचकचा के हाथ पिछे कर लैंदी सी। तो अखीरी मैं महाराज अगे बेनती की कि सच्चे पातशाह जे इदा ही मंजूर आ तो भी मैं अपना भोग मैं अपना आप पाया सीगा ज्यों दे जी। तो फिर इन्होंने कहा कि नहीं कहते भी तुसी अपना भी तुसी हुण जे लड़का बने तो लड़कियां दे अंगों विचरो होना। ਤੁਸੀਂ ਮਨਦੀਪ ਨੂੰ ਕੌਰ ਤੋਂ ਜਦੋਂ ਸਿੰਘ ਬਣਾਇਆ ਤੁਹਾਨੂੰ ਕਿਹੋ ਜਿਹੀ ਦਿੱਕਤ ਆਈ ਹੈ? ਤੁਸੀਂ ਕੀ ਮੰਨਦੇ ਹੋ ਮਨਦੀਪ ਨੂੰ, ਦਿਓਰ ਮੰਨਦੇ ਹੋ ਜਾਂ ਭਰਜਾਈ ਮੰਨਦੇ ਹੋ? ਮੈਂ ਮਨਦੀਪ ਨੂੰ ਜਿਣਕਿ ਹੁਣ ਜਦੋਂ ਦਾੜਾ ਪ੍ਰਕਾਸ਼ ਹੋਇਆ ਅਤੇ ਆਪਣਾ ਦਿਓਰੀ ਮੰਨਦੀ ਹੈ, ਜਾਣੀ ਕਿ ਤੀਜਾ ਦਿਓਰ ਮੰਨਦੀ ਹੈ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀ ਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਦਿਆਂ ਖੁਦ ਅੱਜ ਮੈਂ ਮਾਣ ਮਹਿਸੂਸ ਕਰ ਰਿਹਾ। ਅਤੇ ਇਹ ਸ਼ਖਸੀਅਤ ਅਜਿਹੀ ਸ਼ਖਸੀਅਤ ਹੈ ਜਿਸ ਨੇ ਇੱਕ ਅਜਿਹਾ ਦਲੇਰਾਣਾ ਅਸੀਂ ਕਹਿ ਸਕਦੇ ਹਾਂ ਕਿ ਕਦਮ ਚੁੱਕਿਆ ਕਿ ਜਿਸ ਨੇ ਹਰੇਕ ਮਜ਼ਹਬ ਦੀ ਉਸ ਧੀ ਨੂੰ ਉਸ ਕੁੜੀ ਨੂੰ ਪ੍ਰੇਰਨਾ ਦਾ ਸਰੋਤ ਬਣੇ ਨੇ, ਚਾਹੇ ਉਹ ਹਿੰਦੂ ਕੁੜੀ ਹੈ, ਚਾਹੇ ਉਹ ਮੁਸਲਮਾਨ ਧੀ ਹੈ, ਜਾਂ ਫਿਰ ਗੁਰੂ ਦਾ ਕੋਈ ਸਿੱਖ ਬੱਚੀ ਹੈ। ਅਸੀਂ ਅੱਜ ਤੁਹਾਨੂੰ ਸਟੋਰੀ ਸੁਣਾਵਾਂਗੇ ਮਨਦੀਪ ਕੌਰ ਦੀ। ਉਹ ਮਨਦੀਪ ਕੌਰ ਜਦੋਂ ਉਹਨਾਂ ਦੇ ਜਿਹੜਾ ਅਸੀਂ ਕਹਿ ਸਕਦੇ ਹਾਂ ਚਿਹਰੇ ਦੇ ਉੱਤੇ ਮੂੰਹ ਦੇ ਉੱਤੇ ਦਾੜੇ ਦਾ ਪ੍ਰਕਾਸ਼ ਹੋਇਆ ਤਾਂ ਉਹਨਾਂ ਨੇ ਹੌਸਲਾ ਹਾਰਨ ਦੀ ਬਜਾਏ ਉਸ ਨੂੰ ਪ੍ਰਮੋਟ ਕਰਨਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਸਾਡੇ ਨਾਲ ਅੱਜ ਉਹੀ ਸ਼ਖਸੀਅਤ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪਿੱਛੇ ਕੀ ਮਾਨਸਿਕਤਾ ਹੈ। ਅੱਜ ਜਦੋਂ ਫੈਸ਼ਨ ਦੇ ਦੌਰ ਦੇ ਵਿੱਚ ਉਹ ਕੁੜੀਆਂ ਇਸ ਹੱਦ ਤੱਕ ਪਹੁੰਚ ਗਈਆਂ ਨੇ ਕਿ ਉਹ ਕੁਛ ਵੀ ਖੁਦ ਨੂੰ ਖੂਬਸੂਰਤ ਦਿਖਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ। ਮਨਦੀਪ ਜੀ, ਭੈਣ ਜੀ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਪਹਿਲਾਂ ਇਹ ਦੱਸੋ ਤੁਸੀਂ ਸਾਨੂੰ ਇੱਕ ਭਰਾ ਦੀ ਤਰ੍ਹਾਂ ਤੁਸੀਂ ਅੱਜ ਵਿਚਰ ਰਹੇ ਹੋ ਇਸ ਪਰਿਵਾਰ ਦੇ ਵਿੱਚ ਕਿਹੋ ਜਿਹਾ ਲੱਗਦਾ ਹੈ? ਬਾਕੀ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ। ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਬਿਆਨ ਨਹੀਂ ਕਰ ਸਕਦੀ ਕਿ ਜੋ ਮੇਰੀ ਸਭ ਤੋਂ ਵੱਡੀ ਸਪੋਰਟ ਮੇਰੇ ਬ੍ਰਦਰ ਮੇਰੇ ਨਾਲ ਨੇ, ਅੰਮ੍ਰਿਤ ਦੀ ਦਾਤ ਲੈਣ ਵੇਲੇ ਇਹਨਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਸੀ ਕਿ ਸਾਰੇ ਸੰਸਾਰ ਨੂੰ ਛੱਡੋ ਵੀ ਆਪਣਾ ਤੁਸੀਂ ਅੰਮ੍ਰਿਤ ਦੀ ਦਾਤ ਲਵੋ, ਆਪਣਾ ਗੁਰਸਿੱਖੀ ਜੀਵਨ ਜੀਵੋ। ਅਤੇ ਅੱਜ ਵੀ ਕਿਤੇ ਵੀ ਮੈਨੂੰ ਲੋੜ ਪੈਂਦੀ ਆ ਜਾਂ ਕਿਤੇ ਵੀ ਅਸੀਂ ਜਾਈਦਾ ਦੋਨੇ ਇਕੱਠੇ ਜਾਂਦੇ ਹਾਂ, ਬਹੁਤ ਅਸੀਂ ਯਾਨੀ ਕਹਿ ਦਈਏ ਕਿ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਕਿਉਂਕਿ ਅੱਜ ਦੇਖੀਏ ਤਾਂ
ਭੈਣ ਭਰਾ ਦਾ ਰਿਸ਼ਤਾ ਵੀ ਯਾਨੀ ਜੋ ਪਿਆਰ ਨਹੀਂ ਰਿਹਾ ਜੋ ਭੈਣ ਭਰਾਵਾਂ ਦੇ ਰਿਸ਼ਤੇ ਦੇ ਵਿੱਚ ਹੁੰਦਾ। ਅਤੇ ਮੈਨੂੰ ਮੈਂ ਕਹਿੰਦੀ ਹਾਂ ਕਿ ਮਹਾਰਾਜ ਨੇ ਬਹੁਤ ਕਿਰਪਾ ਕੀਤੀ, ਜੋ ਸਭ ਤੋਂ ਵੱਡੀ ਸਪੋਰਟ ਮੇਰੇ ਵੀਰ ਜੀ ਮੈਨੂੰ ਮਿਲੇ। ਅਤੇ ਅੱਗੇ ਵੀ ਮੈਂ ਅਰਦਾਸ ਕਰਦੀ ਹਾਂ ਕਿ ਇਸੇ ਤਰ੍ਹਾਂ ਸਾਡਾ ਪਿਆਰ ਬਣਿਆ ਰਹੇ। ਜੀ ਜੀ ਮਨਦੀਪ ਜੀ, ਇੱਕ ਗੱਲ ਸਾਨੂੰ ਸਮਝਾਓ ਕਿ ਥੋੜ੍ਹੀ ਥੋੜ੍ਹੀ ਜਿਹੀ ਜ਼ਿੰਦਗੀ ਬਾਰੇ ਵੀ ਅਸੀਂ ਜਾਣਨਾ ਚਾਹਵਾਂਗੇ। ਤੁਸੀਂ ਬਾਣਾ ਪਾਇਆ ਹੈਗਾ, ਆਮ ਜ਼ਿੰਦਗੀ ਜਿਹੜੀ ਹੈ ਤੁਸੀਂ ਉਹਨੂੰ ਤਿਆਗਿਆ, ਗ੍ਰਸਤੀ ਨੂੰ ਤਿਆਗਿਆ, ਕੀ ਕਾਰਨ ਰਹੇ ਨੇ ਪਿੱਛੇ, ਕਿੰਨਾ ਕੁ ਵੱਡਾ ਸੰਘਰਸ਼ ਰਿਹਾ ਤੁਹਾਡਾ? ਸੰਘਰਸ਼ ਤਾਂ ਜੀ ਬਹੁਤ ਰਿਹਾ। 2012 'ਚ ਮੈਰਿਜ ਹੋਈ ਸੀ, ਉਸ ਵੇਲੇ ਮੇਨ ਮੁੱਦਾ ਹੀ ਇਹੀ ਸੀ ਕਿ ਅੱਗੇ ਆਪਾਂ ਵੀ ਤੁਹਾਡੇ ਚਿਹਰੇ ਦੇ ਉੱਤੇ ਵਾਲ ਆਉਂਦੇ ਨੇ ਕਿ ਅਸੀਂ ਵੀ ਜੀਵਨ ਨਹੀਂ ਅੱਗੇ ਸਟਾਰਟ ਕਰ ਸਕਦੇ। ਅਤੇ ਉਹ ਜੋ ਮੇਰਾ ਸਮੇਂ ਤੋਂ ਲੈ ਕੇ ਜੋ ਉਮਰ ਦੀ ਦਾਤ ਲੈਣ ਵਾਲਾ ਸਮਾਂ ਸੀ, ਉਹਦੇ ਵਿੱਚ ਇੱਕ ਤਰ੍ਹਾਂ ਮੈਂ ਰੋਜ਼ ਮਰ ਰਹੀ ਸੀ ਕਿਉਂਕਿ ਇੱਕ ਵਿਛੋੜਾ ਸੀ ਅਤੇ ਇੱਕ ਆਸ ਵੀ ਸੀ ਕਿ ਆਉਣਗੇ ਕੋਈ ਨਾ ਕੋਈ, ਮਹਾਰਾਜ ਕਿਰਪਾ ਕਰਨਗੇ। ਪਰ ਉਹ ਜੋ ਮੇਰਾ ਉਡੀਕ ਸੀ ਉਡੀਕ ਹੀ ਰਹਿ ਗਈ। ਅਤੇ ਅਖੀਰੀ ਮੈਂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੇ ਇੱਦਾਂ ਹੀ ਮਨਜ਼ੂਰ ਆ ਤਾਂ ਵੀ ਮੈਂ ਆਪਣਾ ਭੋਗ ਮੈਂ ਆਪਣਾ ਆਪ ਪਾਇਆ ਸੀਗਾ ਜਿਉਂਦੇ ਜੀ। ਅਤੇ ਅੰਮ੍ਰਿਤ ਦੀ ਦਾਤ ਲਈ ਉਸ ਤੋਂ ਬਾਅਦ ਸਹਿਜ ਪਾਠ ਆਰੰਭ ਕੀਤਾ ਇੱਕ ਇੱਕ ਅੰਗ। ਉਹ ਜਿਸ ਤਰ੍ਹਾਂ ਪੜ੍ਹਦੀ ਗਈ ਤਾਂ ਮੈਨੂੰ ਅੰਦਰੋਂ ਮਹਾਰਾਜ ਵੱਲੋਂ ਹੌਸਲਾ ਮਿਲਦਾ ਗਿਆ, ਜੋ ਮੇਰੀ ਉਹ ਜੋ ਯਾਦਾਂ ਸੀਗੀਆਂ ਉਹ ਵਿਸਰਦੀਆਂ ਗਈਆਂ ਅਤੇ ਮਹਾਰਾਜ ਵੱਲੋਂ ਯਾਨੀ ਮੈਨੂੰ ਹੌਸਲਾ ਮਿਲਦਾ ਗਿਆ। ਅਤੇ ਵੀਰ ਜੀ ਮੇਰੇ ਨਾਲ ਹਰ ਵੇਲੇ ਹੁੰਦੇ ਸੀ, ਇਹਨਾਂ ਨੇ ਮੈਨੂੰ ਸਪੋਰਟ ਕਰਨਾ। ਅਤੇ ਮੇਰੀ ਗੱਲ ਹੋ ਰਹੀ ਸੀ ਧਨਵੰਤ ਵੀਰ ਨਾਲ ਹੋ ਰਹੀ ਸੀ, ਉਹ ਦੱਸ ਰਹੇ ਸੀ ਤੁਹਾਡੇ ਸਹੁਰਿਆਂ ਨਾਲ ਵੀ ਤੁਹਾਡਾ ਬੜਾ ਸੰਘਰਸ਼ ਰਿਹਾ, ਜਦੋਂ ਤੋਂ ਉਹਨਾਂ ਨੂੰ ਲੱਗਿਆ ਕਿ ਦਾੜਾ ਪ੍ਰਕਾਸ਼ ਹੋਣ ਲੱਗ ਗਿਆ, ਉਸ ਤੋਂ ਉਹ ਕੀ ਹਾਲਾਤ ਬਣੇ ਉਸ ਵੇਲੇ ਫਿਰ ਆਪਣੇ ਆਪ ਨੂੰ? ਕਿਉਂਕਿ ਹੁਣ ਵੀ ਜਿਹੜੀ ਤੁਹਾਡੀ ਕਹਾਣੀ ਹੈ ਘਰ ਘਰ ਦੀ ਕਹਾਣੀ, ਉਹਨਾਂ ਕੁੜੀਆਂ ਨੂੰ ਕੀ ਕਹੋਗੇ, ਕਿਵੇਂ ਡਟ ਕੇ ਮੁਕਾਬਲਾ ਕੀਤਾ ਫਿਰ ਤੁਹਾਨੂੰ ਉਸ ਵੇਲੇ ਦਾ? ਉਸ ਵੇਲੇ ਵੀਰ ਜੀ ਆਪਾਂ ਇਹ ਕਹਿ ਲਈਏ ਕਿ ਪਹਿਲਾਂ ਜਦੋਂ ਮੈਰਿਜ ਹੋਈ ਸੀ ਇੰਨੀ ਗਰੋਥ ਨਹੀਂ ਸੀ, ਸਿਰਫ ਚਿੰਨ੍ਹ ਦੇ ਉੱਤੇ ਵਾਲ ਸੀਗੇ। ਅਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮਹਾਰਾਜ ਨੇ ਮੇਰਾ ਰੂਪ ਹੀ ਵਟਾ ਦੇਣਾ ਜਦੋਂ ਅੰਮ੍ਰਿਤ ਦੀ ਦਾਤ ਲਈ। ਅਤੇ ਉਸ ਵੇਲੇ ਉਸ ਤੋਂ ਬਾਅਦ ਮੇਰੇ ਵਾਲ ਬਹੁਤ ਜ਼ਿਆਦਾ ਗਰੋਥ ਦੇ ਵਿੱਚ ਵਧਣਾ ਸ਼ੁਰੂ ਹੋ ਗਏ। ਅਤੇ ਮੈਂ ਇੱਕਦਮ ਯਾਨੀ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਹੋ ਕੀ ਗਿਆ ਕਿ ਮੇਰਾ ਰੂਪ ਵੀ ਬਦਲਿਆ। ਫਿਰ ਥੋੜ੍ਹੀ ਜਿਹੀ ਇੱਦਾਂ ਵੀ ਆਉਂਦਾ ਸੀ ਕਿ ਸਮਾਜ 'ਚ ਵਿਚਰਨਾ ਅਤੇ ਚਿਹਰੇ ਨੂੰ ਮੈਂ ਢੱਕ ਕੇ ਰੱਖਣਾ ਸ਼ੁਰੂ ਕਰਤਾ। ਅਤੇ ਵਾਹਿਗੁਰੂ ਤਾਂ ਚਾਹੁੰਦਾ ਨਹੀਂ ਸੀ ਨਾ ਵੀ ਤੁਸੀਂ ਚਿਹਰਾ ਢੱਕ ਕੇ ਰੱਖੋ। ਹਾਂਜੀ, ਅਤੇ ਮੈਂ ਉਹੀ ਦੱਸ ਰਹੀ ਕਿ ਮੈਂ ਜਦੋਂ ਗੁਰੂ ਘਰ ਗਈ ਉੱਥੇ ਇੱਕ ਬੀਬੀ ਜੀ ਨੇ ਮੇਰੇ ਰੂਪ ਨੂੰ ਸਲਾਹਿਆ, ਉਹਨਾਂ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ। ਉਸ ਦਿਨ ਤੋਂ ਕਹਿਤਾ ਕਿ ਸੰਸਾਰ ਜੋ ਕੁਝ ਮਰਜ਼ੀ ਕਹੀ ਜਾਵੇ ਆਪਾਂ ਅੱਜ ਤੋਂ ਬਾਅਦ ਵੀ ਚਿਹਰਾ ਨਹੀਂ ਢੱਕਾਂਗੇ। ਅਤੇ ਉਹ ਸਮੇਂ ਤੋਂ ਲੈ ਕੇ ਅੱਜ ਤੱਕ ਮਹਾਰਾਜ ਨੇ ਜਿੱਥੇ ਵੀ ਗਈਆਂ ਜਿੱਥੇ ਵੀ ਯਾਨੀ ਆਪਾਂ ਵਿਚਰੇ ਹਾਂ ਮਹਾਰਾਜ ਨੇ ਇਸ ਰੂਪ ਨੂੰ ਮਾਣ ਸਨਮਾਨ ਹੀ ਦਵਾਇਆ। ਅਤੇ ਅੱਗੇ ਵੀ ਪਿਤਾ ਜੀ ਕਿਰਪਾ ਕਰਨ ਕਿ ਇਸੇ ਤਰ੍ਹਾਂ ਜੋ ਆਪਣਾ ਜੋ ਮੈਂ ਸਿੱਖੀ ਰੂਪ ਦੇ ਵਿੱਚ ਆਈ ਹਾਂ ਅਤੇ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਅਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ। ਜਦੋਂ ਤੁਸੀਂ ਸ਼ੁਰੂ ਕੀਤਾ ਕਿਤੇ ਨਾ ਕਿਤੇ ਹਿਚਕਿਚਾਹਟ ਸੀ, ਅੱਜ ਤੁਸੀਂ ਬੁਲਟ ਵੀ ਚਲਾ ਰਹੇ ਹੋ, ਅੱਜ ਤੁਸੀਂ ਗੱਡੀ ਵੀ ਚਲਾ ਰਹੇ ਹੋ, ਅੱਜ ਤੁਸੀਂ ਇੱਕ ਭਰਾਵਾਂ ਦੀ ਤਰ੍ਹਾਂ ਵਿਚਰ ਰਹੇ ਹੋ ਧਨਵੰਤ ਵੀਰ ਨਾਲ। ਹਾਂਜੀ, ਐਕਚੁਲੀ ਜਦੋਂ ਫਰਨੀਚਰ ਫੈਕਟਰੀ ਦੇ ਵਿੱਚ ਯਾਨੀ ਵੀਰ ਜੀ ਦੇ ਦੋਸਤਾਂ ਨੇ ਆਉਣਾ, ਅਤੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਮੈਂ ਲੜਕੀ ਹਾਂ, ਅਤੇ ਉਹਨਾਂ ਨੇ ਯਾਨੀ ਹੈਂਡਸ਼ੇਕ ਕਰਨਾ ਤਾਂ ਮੈਂ ਹਿਚਕਚਾ ਕੇ ਹੱਥ ਪਿੱਛੇ ਕਰ ਲੈਂਦੀ ਸੀ। ਅਤੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਕਹਿੰਦੇ ਵੀ ਤੁਸੀਂ ਆਪਣਾ ਵੀ ਤੁਸੀਂ ਹੁਣ ਜੇ ਲੜਕਾ ਬਣਿਆ ਤਾਂ ਲੜਕਿਆਂ ਦੇ ਅੰਗੂ ਵਿਚਰੋ, ਹੈ ਨਾ, ਕਿ ਇਹ ਚੀਜ਼ ਨੂੰ ਕੱਢ ਦਿਉ ਕਿ ਤੁਸੀਂ ਇੱਕ ਲੜਕੀ ਹੋ। ਅਤੇ ਉਹ ਚੀਜ਼ ਤੋਂ ਬਾਅਦ ਇਹਨਾਂ ਨੇ ਮੈਨੂੰ ਹੌਸਲਾ ਦੇਣਾ ਸ਼ੁਰੂ ਕਰਤਾ। ਅਤੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਹੁਣ ਜਿੱਥੇ ਵੀ ਜਾਈਦਾ ਇਕੱਲੇ ਵੀ ਵਿਚਰੇ, ਚਾਹੇ ਰਾਤ ਦਾ ਸਫ਼ਰ ਹੋਵੇ ਚਾਹੇ ਕਿਤੇ ਵੀ ਹੋਵੇ, ਅਤੇ ਮਹਾਰਾਜ ਨੇ ਬਹੁਤ ਜਾਨੀ ਕਿਰਪਾ ਕੀਤੀ ਹੋਈ ਹੈ ਕਿ ਆਪਾਂ ਅੱਜ ਉਹ ਡਰ ਨਹੀਂ ਹੈਗਾ ਜੋ ਬਚਪਨ ਦੇ ਵਿੱਚ ਜਾਂ ਲੜਕੀਆਂ ਦੇ ਵਿੱਚ ਹੁੰਦਾ ਕਿ ਹਾਂ ਲੋਕ ਕੀ ਕਹਿਣਗੇ। ਅਤੇ ਸਭ ਤੋਂ ਵੱਡੀ ਦਿੱਕਤ ਹੀ ਕੁੜੀਆਂ ਦੀ ਸਾਡੇ ਸਮਾਜ ਦੇ ਵਿੱਚ ਇਹ ਹੈ, ਅਜਿਹੇ ਪਰਿਵਾਰ ਦੇ ਵਿੱਚ ਅਗਰ ਜੇਕਰ ਇੱਦਾਂ ਦਾ ਕੋਈ ਮਾਹੌਲ ਜਾਂ ਇੱਦਾਂ ਦਾ ਕੋਈ ਕਰੈਕਟਰ ਆ ਜਾਂਦਾ ਤਾਂ ਸਭ ਤੋਂ ਵੱਡੀ ਪਰਿਵਾਰ ਨੂੰ ਇਹ ਦਿੱਕਤ ਹੋ ਜਾਂਦੀ ਹੈ ਕਿ ਲੋਕ ਕੀ ਕਹਿਣਗੇ। ਉਹਨਾਂ ਤੋਂ ਫਿਰ ਖਹਿੜਾ ਕਿਵੇਂ ਛੜਾਇਆ ਤੁਸੀਂ? ਇਹ ਕਹਿ ਲਈਏ ਆਪਾਂ ਉਹਨਾਂ ਦੀ ਕੋਈ ਸੁਣੀ ਹੋਈ ਨਹੀਂ, ਹੈ ਨਾ। ਅਤੇ ਪਰਿਵਾਰ ਦੇ ਵੀ ਮੇਨ ਗੱਲ ਇਹ ਹੈ ਕਿ ਆਪਣਾ ਪਰਿਵਾਰ ਦੇ ਵਿੱਚ ਪਿਆਰ ਹੋਣਾ ਚਾਹੀਦਾ। ਮੇਰੇ ਵੀਰਾਂ ਨੇ, ਮੇਰੀ ਭਰਜਾਈਆਂ ਨੇ, ਮੇਰੀ ਮਾਤਾ ਜੀ ਨੇ, ਸਾਰਿਆਂ ਨੇ ਮੈਨੂੰ ਸਪੋਰਟ ਕੀਤੀ ਕਿਉਂਕਿ ਸਭ ਤੋਂ ਵੱਡੀ ਸਪੋਰਟ ਇਹਨਾਂ ਦੀ ਆ।
तो आप बाहर की गल् बाद च है ना जिन्ना चेर घर के सपोर्ट नहीं कोई बहरला अपन कोई कुछ नहीं कह सकता तो मेन परिवार की सपोर्ट आ मैनू तो आप कह दिए कि मेरी भरजाइया मेरिया सहेलिया वगू ने है ना भी अपना भी कोई भी दुख सुख होंदा सी कठे जानी कोई कह जा भी समाज वे सी कठे उस समय दे विचों निकलदे आ। मैं एक चीज़ होर भी देख रहे सी जदों आप इत्थे स्टोरी नूं कवर कर रहे सी कि बच्चे जिहड़े थोड़े भतीजे ने उह अपने प्यो नालों वध थोड़ा कर रहे सी। हाँ जी उह इदां ही आ जी फिर भूआ प्यारी हुंदी आ ते उह ज़्यादा समा मेरे नाल ही विचरदे ने ते अपना बहुत प्यार करदे ने बच्चे। मैनू इस चीज़ की आप कह दिए भी मैनू इस चीज़ की कमी नहीं हैगी कि अज कोई है ना भी संसार दे सारे कहिंदे ने कि एक माँ बनना जरूरी है पर मेरे लिए सारे बच्चों नू देख के ही हुंदा कि मेरे बच्चे ने है ना ये चीज़ की कमी नहीं महसूस हो रही मैनू ते एक अपनी औलाद नालों वध मेरा प्यार कर रहे ने। हाँ जी जी सो वीर जी हुण तुहाडे कोल मेरा पहला सवाल है बड़ा जिगरा चाहिए वड्डा जिगरा चाहिए भैन नूं एडी सपोर्ट करन दे लई और उन्हां दा मनोबल एडा उच्चा चक्कण दे लई थानू थोड़ी प्रेरणा स्रोत कौन ने? साडी प्रेरणा स्रोत मैं अपने जीवन की गल करा मैं भी पहला अनजाण सी अपने जीवन तो ते मैं भी दाढ़ी केस कटाउंदा सीगा नहीं सी सोझी मैनू ते मैं 20 साल अपने जाए ख़राब कर ले मैनू पता नहीं सीगा भी एक सिख धर्म दे विच आ के एक सोझी ते ज्ञान ते जिंदगी जीउण दा एक बहुत वधिया सोझी परमात्मा दिंदे ने ते बस महाराज ने कहिंदे बिण भागां सतसंग ना लभे वो संगत जदों मिली मैनू ते मैनू पता लग्या भी अपनी जिंदगी दे विच भी जो असीं इत्थे संसार दे विच आए हां ते असीं एवें इधर माया दी दौड़ लगाई जांदे आं भज्जी जांदे आं आ करना वो करना वो जीवन तो एक मैनू हट के गुरु साहब ने प्रेरणा दिती भी इस तो अलावा भी एक बहुत बड़े फर्ज ने अपनी जिंदगी लिए भी आप कुछ करना आए हैं अपने आप को सवारना अगे जाना गुरु साहब की हजूरी च बैठना दाब्या च बैठना अमृतपान करना अमृतपान की रख्या भी करनी संसार दे विच आए हैं लोग बहुत रहता करहता करते गलत कामों के पेंदे आ बाणा पा के भी बहुत गलत काम करी जाते हैं वो हैगी एक अनजाण उन्होंने सोझी नहीं हैगी भी उन्होंने एक बाणा पालिया पहरावा पालिया भी उस बाणी नूं विचारिया नहीं उन्हें तोता नहीं उन्हें समझिया नहीं है भी सानू बाणी कह की रही है लोगों ने तो बस यही समझ लिया पढ़ पढ़ गड्ढे लदीए भी वह गड्ढे लद ले लोगों ने पढ़ पढ़ के पर उन्हें विचारिया नहीं है। सो क्योंकि एक मुंडे नूं ट्रेन करना साडे समाज दे विच वैसे भी कुड़ियां मैं नहीं मानता कि किसी पक्षों घट ने पर फिर भी कितना कितने हिचकिचाहट होंदी है तुसीं मनदीप नूं कौर तों जदों सिंह बनाया थोनू कहो जी दिक्कत आई है मनदीप ने तो दसिया कि उन्हें तो दुनिया की परवाह करनी छड़ती सी ते थानू फिर किदा लगे थानू लगता सी कि तुसी कौर तो सिंह बना लोगे मनदीप नू? देखो जी मैं कुछ नहीं करने वाला जब गुरु साहब ने एड्डा वड्डा उन्हें सरूप ही बख्श दिता वो तो सारी चीज़ तो पर्दा ही पा दिता भी ये मुंडा जो कुड़ी है वह तो दसे तो पता लगता ना भी एक लड़की आ ते जिहड़ी क्वेश्चन सीगा मेरे मूहरे दुनिया का वह तो बिल्कुल खत्म करता फ्लैशआउट ही करता उन्हें भी लोग की कहणगे ते हुण बाणे च जाना सत्कार करना जदों दस्या तो ही पता लगना भी ये मेरी भैन आ मेरी सिस्टर आ ते लोगों ने सवाल करने तुसीं मजाक कर रहे हो ते जदों इन्हें अपनी आवाज़ दे विच उस सिदक दे विच गल करनी तां उन्हां नूं बड़ा भी महसूस होंदा सीगा भी वाकई भी एक भैन ने अपने जिंदगी दे जीवन नूं चेंज किया ते सो बाकी तां जी दुनिया बहुत कुछ कहिंदी आ ते असीं तां बस एक महाराज की कृपा नाल उन्हां दी दसे हुए मार्ग से दोनों भैन भरा असीं अज चल रहे हाँ असीं सारयां नूं भी यही कहिंदे आ भाई अपने जीवन नूं सवारो। जी जी ते वीर जी एक गल तां इह दसो कि अजकल बुलेट चलाउणा बड़ा औखा काम मन्निया जांदा कि बुलेट बड़ा औखा है ते तुसीं ते वड्डा जहाज चढ़ाया होया मनदीप सिंह होणां नूं बिल्कुल देखो जी ये है कि ट्रेनिंग किन्नी दित्ती तुसीं किन्नी सहज सी ट्रेनिंग की जी मैं गल करा देखो ट्रेनिंग हैगा साडा समा असीं जदों नेरे सवेरे लेट आना इन्हें अपने आप संघर्ष कर लेना भी वीर आया नहीं हैगा भी मैं गड्डी साइड ते लाउणी आ प्रॉब्लम आई आ बस हौली हौली बह के आप इन्हें सिख्या चलाउणा कीता इन्हें कदे अगे कर ली गड्डी कदे पिछे कर ली उदू बाद हौली हौली अपने आप ही गड्डी सिख गई मैनूं कहण दी लोड़ नहीं पई ते बाकी ऐ भी जदों अपने घर कोई चीज़ हैगी आ कन्वेंस हैगी आ तां उह परमात्मा कन्नूं सोझी उस नूं चलाउण दी आ जांदी आपां नूं। सो साडे नाल इत्थे जिहड़े मनदीप असीं सिंह ही कहांगे मनदीप सिंह दे जिहड़े माता जी ने वह भी साडे नाल ने माता जी सत श्री अकाल। सत श्री अकाल की हाल ने ठीक ठाक हो? बहुत वधिया जी। हुण तुहाडे दो नहीं तीन मुंडे ने? तीन मुंडे आ जी। किवें लगदा है? बहुत वधिया। हाँ जी बहुत वधिया। अच्छा फिर हुण जदों तुसीं जम्मी तां धी सी लेकिन उस वाहिगुरू ने उस पिता परमेश्वर ने मनदीप नूं कौर तों सिंह बनाता
ਅਤੇ ਫਿਰ ਆਪਸ 'ਚ ਹੁਣ ਕਿਵੇਂ ਗੱਲਾਂ ਹੁੰਦੀਆਂ ਨੇ, ਕਿਵੇਂ ਵਿਚਰਦੇ ਹੋ? ਹੁਣ ਤਾਂ ਮਾਵਾਂ ਧੀਆਂ ਨਹੀਂ ਰਹੀਆਂ, ਹੁਣ ਤਾਂ ਤੁਸੀਂ ਜਿਹੜਾ ਅਸੀਂ ਕਹਿੰਦੇ ਮਾਂ ਅਤੇ ਪੁੱਤ ਹੋ ਗਏ, ਪੁੱਤ ਹੋ ਗਏ, ਹਾਂਜੀ, ਬਹੁਤ ਵਧੀਆ ਲੱਗਦਾ ਜੀ। ਅਤੇ ਮਾਤਾ ਜੀ ਇੱਕ ਗੱਲ ਦੱਸੋ ਕਿ ਕਦੇ ਇਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਕਿ ਮਨਦੀਪ ਨੂੰ ਆਪਣੇ ਸਹੁਰੇ ਘਰ ਹੀ ਭੇਜ ਦਿੰਦੇ ਤਾਂ ਵਧੀਆ ਰਹਿੰਦੇ? ਨਹੀਂ, ਨਹੀਂ ਲੱਗਦਾ। ਅਤੇ ਜਿਵੇਂ ਵੀਰ ਜੀ ਦੱਸ ਰਹੇ ਸੀ ਕਿ ਤੁਸੀਂ ਇੱਥੇ ਇਸ ਘਰ ਨੂੰ ਸਾਂਭਿਆ ਹੋਇਆ, ਬੜੇ ਤਰੀਕੇ ਨਾਲ ਸਾਂਭਿਆ ਹੋਇਆ, ਇੱਕ ਮਾਲਾ ਦੀ ਤਰ੍ਹਾਂ ਤੁਸੀਂ ਸਭ ਨੂੰ ਪਰੋ ਕੇ ਰੱਖਿਆ ਹੋਇਆ। ਮੈਂ ਦੇਖਿਆ ਤੁਸੀਂ ਮੂਹਰੇ ਹੋ ਕੇ ਸਾਰੇ ਕੰਮ ਵੀ ਕਰ ਰਹੇ ਹੋ, ਮਨਦੀਪ ਨਾਲ ਵੀ ਰਾਬਤਾ ਕਰ ਰਹੇ ਹੋ, ਆਪਣੀ ਨੂੰਹਾਂ ਨਾਲ ਵੀ ਤੁਸੀਂ ਗੱਲ ਕਰ ਰਹੇ ਹੋ। ਕੋਈ ਔਖਿਆਈ ਆਉਂਦੀ ਹੈ ਜਦੋਂ ਧੀ ਬੈਠੀ ਹੋਵੇ, ਵੱਡੀ ਦਿੱਕਤ ਆ ਜਾਂਦੀ ਹੈ ਵੈਸੇ ਮਾਵਾਂ ਨੂੰ ਘਰਾਂ 'ਚ? ਨਹੀਂ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਜੀ ਜੀ ਜੀ। ਸੋ ਤੁਸੀਂ ਦੇਖਿਆ ਕਿ ਇਹ ਸਨ ਮਨਦੀਪ ਦੇ ਜਿਹੜੇ ਮਾਤਾ ਜੀ, ਔਰ ਭਰਜਾਈਆਂ ਵੀ ਸਾਡੇ ਨਾਲ ਮਨਦੀਪ ਦੀਆਂ ਨੇ, ਉਹਨਾਂ ਨਾਲ ਵੀ ਬੜੀ ਇੰਟਰਸਟਿੰਗ ਗੱਲਬਾਤ ਹੁਣ ਹੋਣ ਵਾਲੀ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਂ ਜੀ ਤੁਹਾਡਾ? ਕੁਲਵਿੰਦਰ ਕੌਰ। ਕੁਲਵਿੰਦਰ ਕੌਰ, ਕੁਲਵਿੰਦਰ ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਅਕਸਰ ਭਰਜਾਈਆਂ ਦੀ ਜਿਹੜੀ ਹੁੰਦੀ ਹੈ ਤੂੰ ਤੂੰ ਮੈਂ ਚੱਲਦੀ ਰਹਿੰਦੀ ਹੈ ਨਿੱਕੀ ਮੋਟੀ, ਲੇਕਿਨ ਜਦੋਂ ਤੁਹਾਨੂੰ ਪਤਾ ਲੱਗਿਆ ਹੋਊਗਾ, ਪਤਾ ਲੱਗਿਆ ਕਿ ਹੁਣ ਮੇਰੀ ਭਰਜਾਈ ਨਹੀਂ, ਹੁਣ ਤਾਂ ਮੇਰਾ ਦਿਓਰ ਹੈ, ਤੁਸੀਂ ਕੀ ਮੰਨਦੇ ਹੋ ਮਨਦੀਪ ਨੂੰ, ਦਿਓਰ ਮੰਨਦੇ ਹੋ ਜਾਂ ਭਰਜਾਈ ਮੰਨਦੇ ਹੋ? ਮੈਂ ਮਨਦੀਪ ਨੂੰ ਯਾਨੀ ਕਿ ਹੁਣ ਜਦੋਂ ਦਾੜਾ ਪ੍ਰਕਾਸ਼ ਹੋਇਆ ਅਤੇ ਆਪਣਾ ਦਿਓਰੀ ਮੰਨਦੀ, ਯਾਨੀ ਕਿ ਤੀਜਾ ਦਿਓਰ ਮੰਨਦੀ ਇਹਨੂੰ ਆਪਣਾ। ਅਤੇ ਫਿਰ ਘਰ ਦੇ ਵਿੱਚ ਮਨਦੀਪ ਤੁਹਾਡੀ ਹੱਥ ਵਟਾਉਂਦਾ ਹੈ? ਹਾਂਜੀ ਬਿਲਕੁਲ, ਯਾਨੀ ਕਿ ਘਰ ਦੇ ਕੰਮ ਵੀ ਕਰਵਾਉਂਦੀ ਹੈ, ਜਿੱਦਾਂ ਹੁਣ ਹਸਬੈਂਡ ਜਾਂ ਦਿਓਰ ਕਿਤੇ ਗਿਆ ਹੁੰਦਾ ਅਤੇ ਬਾਕੀ ਜੇ ਕੋਈ ਵੀ ਦਿੱਕਤ ਆਉਂਦੀ ਆ। ਕਿੰਨਾ ਕੁ ਸਹਾਰਾ ਦੱਸੋ ਪਹਿਲਾਂ ਤਾਂ, ਜ਼ਿਆਦਾਤਰ ਤਾਂ ਕੰਮਾਂ ਦਾ ਸਹਾਰਾ ਹੁੰਦਾ ਹੈ, ਜਨਾਨੀਆਂ ਨੂੰ ਤਾਂ ਕੰਮਾਂ ਦਾ ਸਹਾਰਾ ਹੁੰਦਾ, ਭਰਾ ਨਾਲ ਵੀ ਸਾਥ ਨਿਭਾ ਰਹੀ ਹੈ ਮਨਦੀਪ ਅਸੀਂ ਦੇਖਿਆ, ਔਰ ਤੁਹਾਡੇ ਨਾਲ ਕਿੰਨਾ ਕੁ ਕੰਮ ਦਾ ਸਾਥ ਦਿੰਦੀ ਹੈ? ਕੰਮ ਦਾ ਜੀ ਬਿਲਕੁਲ ਪੂਰਾ ਸਾਥ ਦਿੰਦੀ ਹੈ, ਯਾਨੀ ਕਿ ਕਦੇ ਕੋਈ ਦਿੱਕਤ ਹੀ ਨਹੀਂ ਆਈ। ਅਤੇ ਭੂਆ ਨਾਲ ਜਦੋਂ ਲੱਗਦਾ ਵੀ ਕਦੇ ਹੁੰਦਾ ਨਹੀਂ ਵੀ ਭੂਆ ਨਾਲ ਹੀ ਚਿੰਬੜੇ ਰਹਿੰਦੇ ਨੇ? ਜਵਾਕ ਮੈਂ ਦੇਖਿਆ ਜਿੱਦਾਂ ਮੈਂ ਆਇਆ ਭੂਆ ਨਾਲ ਹੀ ਚਿੰਬੜੇ ਹੋਏ ਨੇ। ਨਹੀਂ, ਖੁਸ਼ੀ ਹੁੰਦੀ ਹੈ ਕਿਉਂਕਿ ਯਾਨੀ ਕਿ ਅਸੀਂ ਜਦੋਂ ਕੰਮ ਕਾਰ 'ਚ ਲੱਗੇ ਹੁੰਦੇ ਹਾਂ, ਜਦੋਂ ਬੱਚੇ ਯਾਨੀ ਕਿ ਭੂਆ ਨਾਲ ਖੇਡਦੇ ਆ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਵੀ ਚਲੋ ਖੇਡ ਰਹੇ ਆ, ਯਾਨੀ ਕਿ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਦੇ ਵੀ। ਹਾਂਜੀ। ਸੋ ਤੁਸੀਂ ਦੇਖਿਆ ਕਿ ਇੱਥੇ ਸਾਰਾ ਪਰਿਵਾਰ ਹੀ ਬੜਾ ਖੁਸ਼ ਹੈ, ਔਰ ਮਨਦੀਪ ਕੌਰ ਦੇ ਜਿਹੜੀ ਅਸੀਂ ਕਹਿ ਸਕਦੇ ਕਿ ਕੰਮ ਕਰਨ ਦੀ ਜਿਹੜੀ ਰੁਚੀ ਹੈ, ਖਾਲੀ ਮਨਦੀਪ ਕੌਰ ਇਕੱਲੇ ਭਰਾ ਦਾ ਹੀ ਨਹੀਂ ਸਗੋਂ ਭਰਜਾਈਆਂ ਦਾ ਵੀ ਇੱਥੇ ਸਹਾਰਾ ਬਣੀ ਹੋਈ ਹੈ, ਵੱਡੀ ਗੱਲ ਹੈ। ਮਨਦੀਪ ਨਾਲ ਇੱਕ ਵਾਰ ਫਿਰ ਅਸੀਂ ਚਰਚਾ ਛੇੜਦੇ ਹਾਂ ਕਿ ਮਨਦੀਪ ਨੂੰ ਆਖਿਰ ਜਿਹੜੀ ਇੰਨੀ ਵੱਡੀ ਇਸ ਵੇਲੇ ਉਹਨੇ ਹੁਲਾਰਾ ਮਾਰਿਆ, ਦਲੇਰੀ ਦਿਖਾਈ ਹੈ, ਮਨਦੀਪ ਉਹਨਾਂ ਕੁੜੀਆਂ ਨੂੰ ਕੀ ਕਹੋਗੇ ਫਿਰ ਜਿਹੜੀਆਂ ਅੱਜ ਕੱਲ੍ਹ ਬੜੇ ਫੈਸ਼ਨ ਪ੍ਰਸਤ ਹੋਈਆਂ ਨੇ, ਉਹਨਾਂ ਨੂੰ ਫੈਸ਼ਨ ਤੋਂ ਬਗੈਰ ਕੁਝ ਸੁੱਝਦਾ ਹੀ ਹੈ ਨਹੀਂ, ਉਹਨਾਂ ਕੁੜੀਆਂ ਨੂੰ ਕੀ ਕਹੋਗੇ ਜਿਹੜੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਤੋਂ ਦੂਰ ਨੇ, ਆਪਣੀਆਂ ਜੜ੍ਹਾਂ ਤੋਂ ਦੂਰ ਹੋਈਆਂ ਬੈਠੀਆਂ ਨੇ? ਉਹਨਾਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹੂੰਗੀ, ਮਹਾਰਾਜ ਬਾਣੀ 'ਚ ਆਪਾਂ ਨੂੰ ਫਰਮਾਉਂਦੇ ਨੇ ਕਿ ਜਿੱਦਾਂ ਦਾ ਆਪਣਾ ਪਹਿਰਾਵਾ ਹੋਊਗਾ ਉਸੇ ਤਰ੍ਹਾਂ ਦੇ ਦੂਸਰੇ ਦੇ ਮਨ ਦੇ ਵਿੱਚ ਵਿਚਾਰ ਆਉਣੇ ਆ। ਅਤੇ ਆਪਾਂ ਜੇ ਅਗਰ ਸਿੱਖ ਧਰਮ ਦੇ ਵਿੱਚ ਜਨਮ ਲਿਆ ਵਾ ਜਾਂ ਆਪਾਂ ਹਿੰਦੂ ਧਰਮ ਦੇ ਵਿੱਚ ਜਨਮ ਲਿਆ ਵਾ, ਆਪਾਂ ਆਪਣੇ ਧਰਮ ਦੇ ਰਹੀਏ, ਹਨ ਅਤੇ ਮਹਾਰਾਜ ਫਿਰ ਅੱਗੇ ਆਪ ਕਹਿੰਦੇ ਜੇ ਆਪਾਂ ਇੱਕ ਕਦਮ ਤੁਰਾਂਗੇ ਅੱਗਿਓਂ, ਹੈ ਨਾ, ਕਰੋੜਾਂ ਕਦਮ ਲੈਣ ਆਉਂਦੇ ਨੇ। ਅਤੇ ਬਸ ਇਹੀ ਆ ਕਿ ਆਪਣੇ ਜਿਸ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਵਾ, ਜਿਨ੍ਹਾਂ ਭੈਣਾਂ ਨੂੰ ਅੱਜ ਦੇਖ ਕੇ ਮਨ ਨੂੰ ਬਹੁਤ ਠੇਸ ਲੱਗਦੀ ਆ ਜਦੋਂ ਦੇਖਦੇ ਹਾਂ ਮੀਡੀਆ ਦੇ ਵਿੱਚ, ਹੈ ਨਾ, ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਵੀਡੀਓ ਦੇਖੀ ਦੀ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਵਾ। ਅਤੇ ਬਸ ਇਹੀ ਆ ਕਿ ਆਪਣਾ ਗੁਰਸਿੱਖੀ ਜੀਵਨ ਦੇ ਵਿੱਚ ਆਉਣ, ਦੇਖੋ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਹੈ ਨਾ, ਪਰ ਅਸੀਂ ਕਹਿੰਦੇ ਗੁਰੂ ਦੇ ਅੱਗੇ ਫਿਰ ਤਨ ਮਨ ਸਭ ਭੇਂਟ ਕਰਨਾ ਪੈਂਦਾ। ਅਤੇ ਜੇ ਹੁਕਮ 'ਚ ਆ ਗਏ, ਹੁਕਮ ਕੀ ਆ, ਜੇ ਹੁਣ ਜਿਹਦਾ ਜੋ ਗੁਰੂ ਆਪਣਾ, ਜੇ ਆਪਾਂ ਉਹਦੇ ਹੁਕਮ ਦੇ ਵਿੱਚ ਆ ਗਏ, ਆਪਣਾ ਮਨ ਭੇਟ ਕਰਤਾ, ਤਾਂ ਫਿਰ ਉਹ ਸਾਨੂੰ ਉਹ ਸੰਸਾਰ ਹੀ ਚੱਲਣਾ ਪੈਣਾ। ਅਤੇ ਜਿੱਦਾਂ ਦਾ ਮਹਾਰਾਜ ਨੇ ਸਾਨੂੰ ਬਣਾਇਆ ਅਤੇ ਉਹ ਰੂਪ ਸਭ ਤੋਂ ਸੋਹਣਾ ਵਾ, ਹੈ ਨਾ, ਅਤੇ ਜੇ ਇਸ ਰੂਪ ਨੂੰ ਅਸੀਂ ਤੋੜਾਂਗੇ, ਭੰਗਣਾ ਕਰਾਂਗੇ, ਤਾਂ ਅਸੀਂ, ਹੈ ਨਾ, ਹੁਕਮ ਤੋਂ ਆਕੀ ਹਾਂ, ਸਾਨੂੰ ਖੁਸ਼ ਨੇ। ਅਤੇ ਅੱਜ ਤਾਂ ਹੀ ਅਸੀਂ ਦੁੱਖ ਪਾ ਰਹੇ ਹਾਂ ਜੇ ਅਸੀਂ ਬਾਣੀ ਤੋਂ ਟੁੱਟੇ ਹੋਏ ਹਾਂ, ਜੇ ਬਾਣੀ ਪੜ੍ਹਾਂਗੇ ਸਾਨੂੰ ਫਿਰ ਸੋਝੀ ਆਉਣੀ ਹੈ ਕਿ ਮਹਾਰਾਜ ਸਾਨੂੰ ਕਹਿ ਕੀ ਰਹੇ ਨੇ, ਅਸੀਂ ਗੱਲ ਹੀ ਨਹੀਂ ਕਰ ਰਹੇ। ਜੇ ਅਸੀਂ ਕਿਸੇ ਨਾਲ ਗੱਲ ਕਰਾਂਗੇ ਤਾਂ ਹੀ ਅੱਗੇ ਹੁੰਗਾਰਾ ਭਰੂਗਾ, ਜੇ ਅਸੀਂ ਮਹਾਰਾਜ ਨਾਲ ਗੱਲ ਕਰਾਂਗੇ ਤਾਂ ਉਹ ਵੀ ਅੱਗੇ ਹੁੰਗਾਰਾ ਭਰਨਗੇ। ਜ਼ਿੰਦਗੀ ਫਿਰ ਸਾਨੂੰ, ਬਸ ਆਖਰੀ ਸਵਾਲ ਮੇਰਾ ਇਹ ਕਿ ਜ਼ਿੰਦਗੀ ਨੂੰ ਹੁਣ ਕਿਵੇਂ ਦੇਖਦੀ ਹੈ ਮਨਦੀਪ ਕੌਰ? ਕਹਿਣ ਦਾ ਮਤਲਬ ਮੇਰਾ ਸਵਾਲ ਸਿੱਧਾ ਸਿੱਧਾ ਇਹ ਹੈ ਕਿ ਬਾਣਾ ਪਾਉਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਬਦਲਾਅ ਤੁਸੀਂ ਦੇਖਿਆ, ਅੰਦਰ ਕਿਹੋ ਜਿਹਾ ਬਦਲਾਅ ਆਇਆ ਅਤੇ ਬਾਹਰ ਕਿਹੋ ਜਿਹੇ ਬਦਲਾਅ ਤੁਹਾਡੇ ਆਏ ਔਰ ਹੁਣ ਆ ਰਹੇ ਨੇ? ਅਸਲ 'ਚ ਬਾਣਾ ਪਾਉਣ ਤੋਂ ਪਹਿਲਾਂ ਯਾਨੀ
ਜਾਂ ਬਾਅਦ 'ਚ ਆਪਾਂ ਕਹਿ ਦਈਏ ਕਿ ਸਭ ਤੋਂ ਵੱਡੀ ਮੇਰੀ ਪਾਵਰ ਆ ਅਭਿਆਸ ਆ, ਸਿਮਰਨ ਅਭਿਆਸ ਜਦੋਂ ਕਰਦੇ ਹਾਂ ਸਾਨੂੰ ਅੰਦਰੋਂ ਕੌਨਫੀਡੈਂਸ ਮਿਲਦਾ, ਕਿਉਂਕਿ ਜਦੋਂ ਸਾਡੀ ਤਾਰ ਹੀ ਉਸ ਨਾਲ ਜੁੜ ਗਈ ਜਿੱਥੋਂ ਸਾਡੀ ਤਾਰ ਟੁੱਟੀ ਹੋਈ ਆ, ਹੈ ਨਾ, ਅਤੇ ਜਦੋਂ ਮੇਨ ਕਨੈਕਸ਼ਨ ਹੀ ਆਪਣਾ ਉੱਥੇ ਜੁੜ ਗਿਆ ਫਿਰ ਕੁਛ ਰਹਿ ਨਹੀਂ ਜਾਂਦਾ। ਜੇ ਅਸੀਂ ਆਪਣੀ ਸੁਰਤ ਨੂੰ ਉਹਦੇ ਨਾਲ ਰੰਗ ਕੇ ਰੱਖਾਂਗੇ ਤਾਂ ਮਹਾਰਾਜ ਨੇ ਅੱਗੇ ਕਿਰਪਾ ਆਪ ਕਰਨੀ ਆ, ਅਤੇ ਉਹੀ ਅੰਦਰੋਂ ਬਲ ਦਿੰਦਾ ਸੰਸਾਰ ਦੇ ਵਿੱਚ ਵਿਚਰਨ ਦਾ, ਅਤੇ ਅੱਗੇ ਵੀ ਫਿਰ ਉਹਨੇ ਆਪ ਮਹਾਰਾਜ ਨੇ ਕਿਰਪਾ ਕਰਨੀ ਆ, ਹੈ ਨਾ। ਕਿਉਂਕਿ ਚਾਹੇ ਆਪਾਂ ਕਹਿ ਦਈਏ ਵੀ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਪਏ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕੌਣ ਆ, ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ, ਹੈ ਨਾ। ਅਤੇ ਜੇ ਅਸੀਂ ਬਾਣੀ ਨੂੰ ਵਿਚਾਰਾਂਗੇ ਸਾਨੂੰ ਇਹ ਸਵਾਲਾਂ ਦੇ ਜਵਾਬ ਮਿਲਣਗੇ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਮਨਦੀਪ, ਤੁਸੀਂ ਬਹੁਤ ਬਿਜ਼ੀ ਸੀ, ਬਿਜ਼ੀ ਟਾਈਮ ਦੇ ਵਿੱਚ ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ, ਇਸ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਮਨਦੀਪ ਸਿੰਘ, ਅਸੀਂ ਇਹਨਾਂ ਨੂੰ ਕਹਾਂਗੇ, ਉਹ ਮਨਦੀਪ ਸਿੰਘ ਜਿਨ੍ਹਾਂ ਨੇ ਹੌਸਲੇ ਨਾਲ ਉਸ ਰੱਬ ਦੇ ਭਾਣੇ ਨੂੰ ਜਿਹੜਾ ਮੰਨਿਆ ਔਰ ਕਿਹਾ ਕਿ ਉਹ ਆਪਣੇ ਆਖਰੀ ਸਵਾਸਾਂ ਤੱਕ, ਆਪਣੇ ਆਖਰੀ ਸਾਹਾਂ ਤੱਕ ਇਸੇ ਤਰ੍ਹਾਂ ਇਸੇ ਸਰੂਪ ਦੇ ਵਿੱਚ ਰਹਿ ਕੇ ਆਪਣੇ ਭਰਾ ਦਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਆਪਣੀ ਮਾਂ ਦਾ ਹੌਸਲਾ ਬਣਨਗੇ, ਆਪਣੇ ਭਰਜਾਈਆਂ ਦਾ ਸਾਥ ਦੇਣਗੇ ਔਰ ਆਪਣੀ ਜ਼ਿੰਦਗੀ ਨੂੰ ਇਸੇ ਤਰੀਕੇ ਨਾਲ ਰੱਬ ਦੇ ਭਾਣੇ ਨੂੰ ਮੰਨਦਿਆਂ ਹੋਇਆ ਉਸ ਦੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹਿਣਗੇ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਖਤਮ ਕਰਨ ਦੀ ਦਿਵਾ ਗਿਆ, ਧੰਨਵਾਦ।